मेरे कन्नां दे उत्ते जदों आवाज़ां आउण लगियां ते पंच शब्द जिहनूं कहिंदे हैगे आपां, मैं तां हैरान रहि गया। ਜਦੋਂ ਪ੍ਰੈਕਟੀਕਲ ਸਾਹਮਣੇ ਆਇਆ, ਇੰਨੀ ਖੁਸ਼ੀ ਚੜ੍ਹੀ ਕਿ ਹੇ ਸੱਚੇ ਪਾਤਸ਼ਾਹ, ਮੈਨੂੰ ਪਾਪੀ ਬੰਦੇ ਨੂੰ ਤੂੰ ਐਡੀ ਵੱਡੀ ਬਖਸ਼ਿਸ਼ ਦਿੱਤੀ ਹੈ, ਮੈਨੂੰ ਪਾਪੀ ਬੰਦੇ ਨੂੰ ਤੂੰ ਐਡੀ ਵੱਡੀ ਬਖਸ਼ਿਸ਼ ਦਿੱਤੀ ਹੈ। ਇਹਨਾਂ ਦੇ ਅਨਹਦ ਬਾਜੀ ਚੱਲ ਰਹੇ, ਕਈਆਂ ਦੇ ਅੰਮ੍ਰਿਤ ਰਸ ਆ ਰਿਹਾ ਹੈ। ਵੀਰ ਜੀ, ਮੈਨੂੰ ਤਾਂ ਆਪਣੇ ਘੁੱਟ ਭਰ ਭਰ ਕੇ ਆ ਰਹੇ ਹੈਗੇ ਆ ਹਰ ਰਸ ਦੇ। ਕਈਆਂ ਨੂੰ ਪ੍ਰਕਾਸ਼ ਹੋ ਰਿਹਾ ਹੈ। ਉਹ ਭਾਗਾਂ ਵਾਲੇ ਹੈ ਜਿਨ੍ਹਾਂ ਨੂੰ ਵੀ ਹਰ ਰਸ ਮਿਲ ਗਿਆ। ਹਾਂਜੀ, ਕਈ ਦੇਹ ਤੋਂ ਵਿਦੇਹ ਹੋ ਕੇ ਸੁੰਨ ਮੰਡਲ ਦੇ ਵਿੱਚ ਵਿਚਰਦੇ ਨੇ। ਕਿ ਅੱਜ ਘੱਟੋ ਘੱਟ ਵੀ ਜ਼ਿਆਦਾ ਨਹੀਂ ਤਾਂ 5 ਬੀਬੀਆਂ ਨੂੰ ਸ਼ਬਦ ਸੁਣਦੇ। ਮੇਰਾ ਮਤਲਬ ਰੋਣ ਨੂੰ ਦਿਲ ਕਰਦਾ, ਮੈਨੂੰ ਤੀਜੇ ਕੋਲ ਜਾਵਾਂ। ਅੱਛਾ, ਤੁਸੀਂ ਕੀ ਹੋ? ਅਸੀਂ ਤਾਂ ਉਹਦੇ ਚਰਨ ਧੂੜੇ ਆ ਮਹਾਰਾਜ ਦੇ ਚਰਨਾਂ ਦੀ। ਧਰਮ ਕਹਿੰਦਾ ਵਿਚਾਰ ਆਇਆ ਪਹਿਲਾਂ, ਫਿਰ ਆਕਾਰ ਆਇਆ। ਸਾਇੰਸ ਕਹਿੰਦੀ ਹੈ ਪਹਿਲਾਂ ਆਕਾਰ ਹੀ ਬਣਿਆ, ਇੱਕ ਸੈੱਲ ਤੋਂ 2 ਸੈੱਲ, 3 ਸੈੱਲ, 4 ਸੈੱਲ, ਇੱਦਾਂ। ਸਾਚੇ 'ਤੇ ਪਵਨਾ ਪਿਆ, ਪਵਨੇ 'ਤੇ ਜਲ ਹੋਏ, ਜਲ 'ਤੇ ਤ੍ਰੈ ਪਵਨ ਸਾਜਿਆ, ਘੱਟ ਘੱਟ ਜੋ ਸਮਾਏ। ਅੱਛਾ, ਮੁਕਤੀ ਤੋਂ ਬਾਅਦ ਵੀ ਕੋਈ ਜੀਵਨ ਹੈਗਾ ਜਾਂ ਮੁਕਤੀ ਹੋ ਕੇ ਬਸ ਮੁੜ ਕੇ? ਮੁਕਤ ਤਾਂ ਮਹਾਰਾਜ ਸਾਨੂੰ ਕਈ ਵਾਰ ਕਰਦੇ ਨੇ। ਵੀ ਫਿਰ ਜਿਹੜੀਆਂ ਸਾਰੀਆਂ 84 ਲੱਖ ਜੂਨਾਂ ਇੱਕੋ ਵਾਰੀ 'ਚ ਬਣੀਆਂ ਨੇ? ਇੱਕ ਟੀਵੀ 'ਤੇ ਜੁੜ ਗਏ ਹੋ ਤੁਸੀਂ ਅਤੇ ਅਸੀਂ ਜੁੜ ਗਏ ਹਾਂ ਉਹਨਾਂ ਦੇ ਨਾਲ ਜੋ ਵਾਹਿਗੁਰੂ ਜੀ ਦੇ ਨਾਲ ਜੁੜੇ ਹੋਏ ਨੇ। ਭਾਈ ਸਾਹਿਬ, ਭਾਈ ਹਰਦੇਵ ਸਿੰਘ ਜੀ ਖਾਲਸਾ, ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਜਾਣਦੇ ਹੋ ਕਿ ਸੋਸ਼ਲ ਮੀਡੀਆ ਦੇ ਉੱਤੇ ਅਲੱਗ ਅਲੱਗ ਵੀਡੀਓਜ਼ ਦੇ ਰਾਹੀਂ ਜਿੱਥੇ ਨਾਮ ਸ਼ਬਦ ਦੇ ਅਭਿਆਸ ਬਾਰੇ ਭਾਈ ਸਾਹਿਬ ਅਕਸਰ ਦੱਸਦੇ ਰਹਿੰਦੇ ਨੇ, ਮਾਰਗ ਦਿਖਾਉਂਦੇ ਰਹਿੰਦੇ ਨੇ, ਦਰਸਾਉਂਦੇ ਰਹਿੰਦੇ ਨੇ ਅਭਿਆਸ ਕਿਵੇਂ ਕਰਨਾ ਹੈਗਾ, ਕਿਵੇਂ 5 ਚੋਰਾਂ ਤੋਂ ਮੁਕਤ ਹੋਣਾ, ਕਿਵੇਂ ਧਿਆਨ ਦੀ ਅਵਸਥਾ 'ਚ ਅੱਗੇ ਵਧਣਾ, ਨਾਮ ਸ਼ਬਦ ਕਿਵੇਂ ਜਪਣਾ ਹੈਗਾ। ਸੋ ਅੱਜ ਪ੍ਰੋਗਰਾਮ ਸੀਗਾ ਪਿੰਡ ਦੁਮਨਾ, ਤਹਿਸੀਲ ਚਮਕੌਰ ਸਾਹਿਬ, ਜ਼ਿਲ੍ਹਾ ਰੋਪੜ। ਸੋ ਕਿਵੇਂ ਰਿਹਾ ਜੀ ਅੱਜ ਦਾ ਤਜ਼ਰਬਾ, ਕਿੰਨੀ ਕੁ ਸੰਗਤ ਇਕੱਠੀ ਹੋ ਗਈ ਸੀ ਅਤੇ ਅਭਿਆਸ? ਮਹਾਰਾਜ ਦੀ ਕਿਰਪਾ, ਦਤਾਰ ਪਿਤਾ ਦੀ, ਅਕਾਲ ਪੁਰਖ ਵਾਹਿਗੁਰੂ ਦੀ ਹੋਈ ਆ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਛਾਇਆ ਹੇਠ ਪੂਰੇ ਦੁਮਣਾ ਨਗਰ ਨੇ, ਨਗਰ ਨਿਵਾਸੀਆਂ ਨੇ ਮਿਲ ਕਰਕੇ ਪ੍ਰੋਗਰਾਮ ਜਿਹੜਾ ਆਰੰਭਿਆ ਅਤੇ ਨਾਮ ਸਿਮਰਨ ਅਭਿਆਸ ਦਾ ਅੱਜ ਜਿਹੜਾ ਸਿਮਰਨ ਹੋਇਆ, ਇਲਾਕੇ ਦੀਆਂ ਸੰਗਤਾਂ ਅਤੇ ਬਾਹਰੋਂ ਵੀ ਸੰਗਤਾਂ ਆਈਆਂ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੀ ਵਿਚਾਰ ਸਿਫਸਲਾ ਨੂੰ ਸਰਵਣ ਕੀਤਾ, ਗੁਰਮੰਤਰ ਵਾਹਿਗੁਰੂ ਦਾ ਅਭਿਆਸ ਕੀਤਾ। ਮੇਰਾ ਅਗਲਾ ਸਵਾਲ ਜਿਹੜਾ ਹੈਗਾ ਜੀ, ਆਪਾਂ ਤੁਸੀਂ ਕਹਿੰਦੇ ਹੋ ਵੀ ਅਭਿਆਸ ਕਰਕੇ ਤੁਸੀਂ ਸ਼ਬਦ ਨਾਲ ਜੁੜਦੇ ਹੋ, ਅਣਹਦ ਬਾਣੀ ਚੱਲਦੀ ਆ, ਅੰਮ੍ਰਿਤ ਰਸ ਆਉਂਦਾ, ਅੱਗੇ ਦਰਸ਼ਨ ਦੇ ਦਾਰੇ ਤੱਕ ਦੀ ਵੀ ਗੱਲ ਜਾਂਦੀ ਹੈ। ਕਿਹੋ ਜਿਹਾ ਤਜਰਬਾ ਹੈਗਾ ਆਮ ਲੋਕਾਂ ਦਾ, ਉਹਨਾਂ ਦਾ, ਉਹਨਾਂ ਨੂੰ ਪ੍ਰੈਕਟੀਕਲ ਹੋ ਰਿਹਾ ਉੱਦਾਂ ਤਜਰਬੇ? ਹਾਂਜੀ, ਮਹਾਰਾਜ ਦੀ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਆ ਸੱਚੇ ਪਾਤਸ਼ਾਹ ਦੀ। ਮਹਾਰਾਜ ਨੇ ਗੁਰਬਾਣੀ ਦੇ ਵਿੱਚ ਵੀ ਆਪਾਂ ਨੂੰ ਇਹੀ ਸਮਝਾਇਆ ਕਿ ਇਹ ਜਿਹੜੀ ਦੇਹ ਜਿਹੜੀ ਮਿਲੀ ਹੈ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣ ਵਾਸਤੇ ਮਿਲੀ ਹੈ। ਭਈ ਪ੍ਰਾਪਤ ਮਾਨੁਖ ਦਿਹੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਵਰੀ ਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਜਦੋਂ ਸੰਗਤ ਕਰਦੇ ਹਾਂ, ਸਿਮਰਨ ਕਰਦੇ ਹਾਂ, ਮਨ ਜਿਹੜਾ ਹੈ ਉਸ ਅਵਸਥਾ, ਵਿਰਾਗ ਵਾਲੀ ਅਵਸਥਾ 'ਤੇ ਪਹੁੰਚਦਾ ਹੈ, ਅੰਦਰੋਂ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨਾਂ ਦੀ ਭੁੱਖ ਲੱਗਦੀ ਹੈ ਜੀ, ਅਤੇ ਫਿਰ ਪ੍ਰਤੱਖ ਦਰਸ਼ਨ ਵੀ ਹੁੰਦੇ ਆ, ਦਿਦਾਰੇ ਵੀ, ਅਤੇ ਭੁੱਖਦੀ ਹੈ। ਨਹੀਂ, ਜਿਹੜਾ ਪ੍ਰੈਕਟੀਕਲ ਕਰਾਉਂਦੇ ਹੋ ਤਾਂ ਸਾਹਮਣੇ ਸੰਗਤ ਦਾ ਵੀ ਕੋਈ ਉੱਦਾਂ ਦਾ ਪ੍ਰੈਕਟੀਕਲ ਹੁੰਦਾ ਹੈ ਜਾਂ ਨਹੀਂ ਹੁੰਦਾ? ਹਾਂਜੀ, ਸੰਗਤ ਦਾ ਵੀ ਹੁੰਦਾ ਹੈ, ਕਿ ਸੰਗਤ ਅੰਦਰ ਵੀ ਤੜਫ ਹੈ ਕਿ ਅਸੀਂ ਮਾਲਕ ਨਾਲ ਮਿਲਾਪ ਕਰੀਏ, ਜਿਹਨੂੰ ਵਾਹਿਗੁਰੂ ਕਹਿੰਦੇ ਹਾਂ, ਅੱਲਾ ਕਹਿੰਦੇ ਹਾਂ, ਗੋਡ ਕਹਿੰਦੇ ਹਾਂ, ਉਹਨੂੰ ਦੇਖੀਏ, ਉਹਦੇ ਦਰਸ਼ਨ ਕਰੀਏ, ਉਹਦੀ ਆਵਾਜ਼ ਨੂੰ ਸੁਣੀਏ, ਇਹ ਸੰਗਤ ਅੰਦਰ ਵੀ ਤੜਫ ਹੈ। ਸਾਡੇ ਨਾਲ ਭਾਈ ਨਿਰਮਲ ਸਿੰਘ ਜੀ ਬੈਠੇ ਹੋਏ ਨੇ, ਦੁਮਣਾ ਨਗਰ ਦੇ ਨਗਰ ਨਿਵਾਸੀ ਨੇ, ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਹੈ ਸੰਗਤ ਨੂੰ ਇਕੱਤਰ ਕਰਨ ਦਾ, ਨਾਮ ਸਿਮਰਨ ਅਭਿਆਸ ਦਾ, ਅਤੇ ਇਹਨਾਂ ਗੁਰਮੁਖਾਂ ਦਾ ਪ੍ਰੈਕਟੀਕਲ ਹੈ। ਅੱਛਾ, ਤੁਹਾਨੂੰ ਕਿੰਨਾ ਕੁ ਸਮਾਂ ਹੋ ਗਿਆ ਜੀ ਅਭਿਆਸ ਕਰਦਿਆਂ ਨੂੰ? ਵੀਰ ਜੀ, ਮੈਨੂੰ 2 ਸਾਲ ਹੋ ਗਏ ਲਗਭਗ। ਵਾਹਿਗੁਰੂ ਜਾਪ ਹੀ ਕਰਦੇ ਹੋ? ਦੇਖੋ, ਸ਼ੁਰੂ ਤਾਂ ਜਿਹੜਾ ਹੈਗਾ ਕੁਛ ਹੋਰ ਸੋਚ ਕੇ ਕੀਤਾ ਸੀਗਾ, ਅਤੇ ਜਦੋਂ ਪ੍ਰੈਕਟੀਕਲ ਸਾਹਮਣੇ ਆਇਆ ਅਤੇ ਫਿਰ ਬਹੁਤ ਖੁਸ਼ੀ ਚੜ੍ਹੀ, ਇੰਨੀ ਖੁਸ਼ੀ ਚੜ੍ਹੀ ਕਿ ਹੇ ਸੱਚੇ ਪਾਤਸ਼ਾਹ, ਮੈਨੂੰ ਪਾਪੀ ਬੰਦੇ ਨੂੰ ਤੂੰ ਐਡੀ ਵੱਡੀ ਬਖਸ਼ਿਸ਼ ਦਿੱਤੀ ਹੈ, ਮੈਂ ਤਾਂ ਹੈਰਾਨ ਰਹਿ ਗਿਆ। ਕੀ ਪ੍ਰੈਕਟੀਕਲ ਕੀ ਹੋਇਆ? ਪ੍ਰੈਕਟੀਕਲ ਇਹ ਹੋਇਆ ਜੀ ਕਿ ਮੇਰੇ ਕੰਨਾਂ ਦੇ ਉੱਤੇ ਜਦੋਂ ਆਵਾਜ਼ਾਂ ਆਉਣ ਲੱਗੀਆਂ ਅਤੇ 5 ਸ਼ਬਦ ਜਿਹਨੂੰ ਕਹਿੰਦੇ ਹੈਗੇ ਆਪਾਂ, ਉਸ ਅਕਾਲ ਪੁਰਖ ਵਾਹਿਗੁਰੂ ਦੀ ਆਪਣੀ ਮਿੱਠੀ ਆਵਾਜ਼ ਹੈ
ਮੈਨੂੰ ਪਤਾ ਲੱਗਿਆ ਉਹਦੇ ਨਾਲ ਹੀ ਫਿਰ ਮੈਂ ਅੱਗੇ ਪਤਾ ਕੀਤਾ ਵੀਰ ਜੀ ਮੈਨੂੰ ਤਾਂ ਆਪਣੇ ਘੁੱਟ ਭਰ ਭਰ ਕੇ ਆ ਰਹੇ ਹੈਗੇ ਆ ਹਰ ਰਸ ਦੇ ਇਹ ਇਹ ਕੀ ਚੀਜ਼ ਹੈਗੀ ਹੈ ਅਤੇ ਫਿਰ ਮੈਨੂੰ ਉਹਨਾਂ ਨੇ ਦੱਸਿਆ ਕਿ ਇਹ ਹਰ ਰਸ ਹੈ ਮੈਂ ਕਿਹਾ ਜੀ ਕੀ ਹੁੰਦਾ ਜੀ ਇਹ ਰਹਿ ਰਹਾ ਸਾਹਿਬ ਨਹੀਂ ਜਾਣਦੇ ਤੁਸੀਂ ਪੜ੍ਹਦੇ ਹੀ ਹੈ ਪੜ੍ਹਦੇ ਯਾਦ ਹੈ ਹਾਂ ਜੀ ਅਤੇ ਜਿਨ ਹਰ ਹਰ ਰਸ ਨਾਮ ਨਾ ਪਾਇਆ ਅਤੇ ਭਾਗ ਹੀਣ ਜਮ ਪਾਸ ਉਹ ਭਾਗਾਂ ਵਾਲੇ ਹੈ ਜਿਨ੍ਹਾਂ ਨੂੰ ਇਹ ਹਰ ਰਸ ਮਿਲ ਗਿਆ ਅਤੇ ਉਹ ਜਿਹੜੇ ਹੈਗੇ ਆ ਜਿਹੜੇ ਨਹੀਂ ਜਿਹੜੇ ਇਸ ਤੋਂ ਬਗੈਰ ਹੈਗੇ ਆ ਉਹ ਭਾਗ ਹੀਣ ਹੈ ਅਤੇ ਮੈਂ ਕਿਹਾ ਜੀ ਫਿਰ ਕੀ ਹੁੰਦਾ ਕਹਿੰਦੇ ਜੀ ਫਿਰ ਹੁੰਦਾ ਕੀ ਹੈ ਜੀ ਤੁਹਾਨੂੰ ਪਤਾ ਵੀ ਉਹਨਾਂ ਨੂੰ ਜਮ੍ਹਾਂ ਦੇ ਕੋਲੋਂ ਜਾਣਾ ਪਊਗਾ ਮੈਂ ਕਿਹਾ ਜੀ ਮੇਰੀ ਕਿਆ ਚੀਜ਼ ਇੱਕ ਚੀਜ਼ ਕਹਿੰਦੇ ਤੁਹਾਡੀ ਜਿਹੜੀ ਮੁਕਤੀ ਹੋ ਗਈ ਤੁਹਾਡੇ ਕੋਲ ਜਮ੍ਹਾਂ ਨਹੀਂ ਆਉਣਗੇ ਅੱਛਾ ਜ਼ਿੰਦਗੀ 'ਚ ਕੀ ਚੇਂਜ ਆਇਆ ਮੰਨ ਲਓ ਉਸ ਦਿਨ ਤੋਂ ਬਾਅਦ ਤੁਹਾਡੀ ਜ਼ਿੰਦਗੀ ਕਿੰਨੀ ਕੁ ਬਦਲੀ ਸਭ ਤੋਂ ਵੱਡੀ ਚੇਂਜ ਇਹ ਆਈ ਹੋਈ ਜੀ ਕਿ ਮੈਂ ਜਿਹੜੇ ਹੈਗੇ ਆ ਦੁਨਿਆਵੀ ਪਦਾਰਥਾਂ ਦੀ ਮੈਨੂੰ ਬਿਲਕੁਲ ਖਾਸ ਨਹੀਂ ਹੈ ਬਿਲਕੁਲ ਖਾਸ ਨਹੀਂ ਹੈ ਮੈਨੂੰ ਇੱਕ ਦੋ ਸੱਜਣ ਪੁਰਸ਼ਾਂ ਨੇ ਗੁਰਮੁਖਾਂ ਨੇ ਪੁੱਛਿਆ ਕਿ ਤੁਸੀਂ ਜਿਹੜਾ ਹੈਗਾ ਹੁਣ ਤੁਹਾਨੂੰ ਪੈਸਾ ਨਹੀਂ ਚਾਹੀਦਾ ਮੈਂ ਕਿਹਾ ਗੁਜ਼ਾਰੇ ਜੋਗਾ ਪੈਸਾ ਆ ਰਿਹਾ ਸੀ ਵਾਧੂ ਪੈਸਾ ਬਿਲਕੁਲ ਨਹੀਂ ਚਾਹੀਦਾ ਲੋੜ ਹੀ ਨਹੀਂ ਹੈਗੀ ਸਾਨੂੰ ਲੋੜ ਹੈਗੀ ਆ ਤਾਂ ਉਹਦੇ ਦਰਸ਼ਨਾਂ ਦੀ ਹੈਗੀ ਹੈ ਉਹਦੇ ਨਾਂ ਦੀ ਹੈਗੀ ਹੈ ਮੈਂ ਹਰ ਰੋਜ਼ ਲੱਭਦਾ ਵੀ ਕਿ ਮੈਨੂੰ ਇਹੋ ਜਿਹਾ ਗੁਰਮੁਖ ਮਿਲ ਜਾਵੇ ਅਤੇ ਮੈਂ ਉਹਦੇ ਕੋਲ ਵਡਿਆਈ ਕਰ ਸਕਾਂ ਮੇਰਾ ਮਤਲਬ ਰੋਣ ਨੂੰ ਦਿਲ ਕਰਦਾ ਮੈਨੂੰ ਕਿਹਦੇ ਕੋਲ ਜਾਵਾਂ ਕਿਉਂਕਿ ਦਲਿਤ ਇਸ ਲਾਈਨ ਦੇ ਜਿਹੜੇ ਹੈਗੇ ਬੰਦੇ ਘੱਟ ਹੈਗੇ ਆ ਜੀ ਅਤੇ ਜਦੋਂ ਮਿਲਦੇ ਹੈਗੇ ਆ ਤਾਂ ਖੁਸ਼ੀ ਇੰਨੀ ਚੜ੍ਹਦੀ ਹੈ ਖੁਸ਼ੀ ਇੰਨੀ ਚੜ੍ਹਦੀ ਹੈ ਫਿਰ ਇਹ ਕਹਿਣਾ ਪੈਂਦਾ ਵੀ ਮੇਰੇ ਕੋਲ ਸ਼ਬਦ ਨਹੀਂ ਹੈਗੇ ਤੁਹਾਨੂੰ ਦੱਸਣ ਵਾਸਤੇ ਅੱਛਾ ਤੁਹਾਡਾ ਅਭਿਆਸ ਕਿੰਨੇ ਕੁ ਸਮੇਂ ਦਾ ਸੀਗਾ ਜਾਂ ਕਿੱਦਾਂ ਕਿਰਪਾ ਕਿੱਦਾਂ ਹੋ ਗਈ ਵੀਰ ਜੀ ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਹੈਗਾ ਬਹੁਤ ਜ਼ਿਆਦਾ ਮੈਂ ਟਾਈਮ ਲਾਇਆ ਹੈਗਾ ਐਕਚੁਲੀ ਮੈਂ ਪਾਪੀ ਸੀਗਾ ਮੈਂ ਬਹੁਤ ਪਾਪ ਕੀਤੇ ਸੀਗੇ ਜ਼ਿੰਦਗੀ ਦੇ ਵਿੱਚ ਅਤੇ ਮੈਨੂੰ ਲੱਗਦਾ ਨਹੀਂ ਸੀਗਾ ਵੀ ਮੈਂ ਸਫਲ ਹੋਊਂਗਾ ਲੇਕਿਨ ਉਹ ਮਹਾਰਾਜ ਨੇ ਮੇਰੀ ਬਾਂਹ ਫੜ ਲਈ ਕਿੰਨਾ ਕੁ ਅਭਿਆਸ ਦੀ ਲੋੜ ਹੁੰਦੀ ਆ ਕਿਰਪਾ ਕਿੰਨੇ ਸਮੇਂ 'ਚ ਹੋ ਸਕਦੀ ਆ ਇਹ ਤਾਂ ਗੁਰਮੁਖੋ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਦੱਸ ਦਿੱਤਾ ਜੇਤੇ ਸਵਾਸ ਗ੍ਰਾਸ ਮਲੇਤਾ ਤੇਤੇ ਹੀ ਹੁਣ ਗਾਈਏ ਦਮ ਦਮ ਸਦਾ ਸੰਭਾਲਦਾ ਦਮ ਨਾ ਵਿਰਥਾ ਜਾਏ ਜਿਹੜਾ ਅਕਾਲ ਪੁਰਖ ਵਾਹਿਗੁਰੂ ਸਾਨੂੰ ਸਾਹ ਦੇ ਰਹੇ ਆ ਹਰੇਕ ਦਮ ਨਾਲ ਅਸੀਂ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਹੁੰਦਾ ਵਡਿਆਈ ਕਰਨੀ ਉਹਦੀ ਸਿਫਸਲਾਹ ਕਰਨੀ ਹੈ ਕੋਈ ਦਮ ਖਾਲਾ ਨਹੀਂ ਖਾਲੀ ਨਹੀਂ ਜਾਣਾ ਚਾਹੀਦਾ ਜਦੋਂ ਆਪਾਂ ਸਿਫਸਲਾਹ ਕਰਦੇ ਹਾਂ ਵਡਿਆਈ ਕਰਦੇ ਹਾਂ ਜਦੋਂ ਮਾਲਕ ਨੂੰ ਭਾ ਗਏ ਮਹਾਰਾਜ ਸਾਡੇ 'ਤੇ ਖੁਸ਼ ਹੋ ਗਏ ਮਹਾਰਾਜ ਨੂੰ ਸਾਡੇ 'ਤੇ ਪ੍ਰਤੀਤ ਆ ਗਏ ਅਤੇ ਖੋਲ ਕਬਾਰਾ ਮਹਿਲ ਬੁਲਾਇਆ ਜੈਸਾ ਥਾ ਤੈਸਾ ਦਖਲਾਇਆ ਕੱਲ੍ਹ ਤਾਂ ਪ੍ਰੇਮ ਦੀ ਇਹ ਸਾਚ ਕਹੋ ਸੁਣ ਲਿਓ ਸਭੇ ਜਨ ਪ੍ਰੇਮ ਕੀਓ ਤਿੰਨ ਹੀ ਪ੍ਰਾਪਾ ਜਦੋਂ ਪ੍ਰੇਮ ਵਿਰਾਗ ਸ਼ੁਰੂ ਹੋ ਗਿਆ ਪ੍ਰੇਮ ਸ਼ੁਰੂ ਹੋ ਗਿਆ ਤਾਂ ਫਿਰ ਤਾਂ ਦੂਰੇ ਹੀ ਨਹੀਂ ਹੈਗਾ ਕਹੋ ਰਵਿਦਾਸ ਹੱਥ ਪੈ ਨੇਰੇ ਅਤੇ ਹੱਥਾਂ ਪੈਰਾਂ ਤੋਂ ਲੱਗ ਗਏ ਹੈ ਨਾ ਜੀ ਅੰਦਰ ਵੀ ਸਾਹਮਣੇ ਹੀ ਹੈ ਅਤੇ ਬਾਹਰ ਵੀ ਆਪਾਂ ਨੂੰ ਸਾਹ ਦੇ ਕੇ ਜਿੰਦਾ ਰੱਖ ਰਿਹਾ ਹੈ ਦੂਰ ਨਹੀਂ ਹੈਗਾ ਪ੍ਰੇਮ 'ਤੇ ਹੈ ਤੁਸੀਂ ਕਿੰਨਾ ਪ੍ਰੇਮ ਕਰਦੇ ਹਾਂ ਕਿੰਨਾ ਮਾਲਕ ਨੂੰ ਯਾਦ ਕਰਦੇ ਹਾਂ ਤੁਹਾਡੀ ਯਾਦ ਕਰਨ 'ਤੇ ਆ ਸਿਮਰ ਨਹੀਂ ਵੀ ਕਰਦੇ ਤੁਸੀਂ ਅੰਦਰ ਉਹਦੀ ਯਾਦ ਉਹ ਵੀ ਸਿਮਰਨ ਹੈ ਉਹਨੂੰ ਯਾਦ ਨਾਲ ਜੁੜੇ ਹੋਏ ਸੁਰਤੀ ਦੁਆਰਾ ਮੁੱਖ ਨਾਲ ਬੋਲ ਕੇ ਕਰ ਰਹੇ ਹਾਂ ਤਾਂ ਵੀ ਉਹਨਾਂ ਜੁੜੇ ਹੋਏ ਆ ਜੀ ਉਹ ਜਦੋਂ ਉਹਦੇ ਦਰਸ਼ਨ ਦਿਦਾਰੇ ਤੁਸੀਂ ਕਰ ਲੈਂਦੇ ਆ ਅਤੇ ਮਨ ਆਨੰਦ ਵਿੱਚ ਆ ਜਾਂਦਾ ਹੈ ਤੁਹਾਡੇ ਜਿਹੜੇ ਕਲਾਸਾਂ ਦੇ ਵਿੱਚ ਪ੍ਰੈਕਟੀਕਲ ਹੁੰਦੇ ਨੇ ਤਾਂ ਉਹਨਾਂ 'ਚ ਹੋਰ ਕਿੰਨੇ ਕੁ ਜਣਿਆਂ ਦੀ ਕਹਿ ਲਓ ਵੀ ਇੱਦਾਂ ਜ਼ਿੰਦਗੀ ਬਦਲੀ ਆ ਹਾਂਜੀ ਭੈਣ ਜੀਆਂ ਹੈਗੀਆਂ ਬੀਬੀਆਂ ਹੈਗੀਆਂ ਨੇ ਹੋਰ ਸੰਗਤ ਵੀ ਬਹੁਤ ਹੈ ਜੀ ਜਿਹਨਾਂ 'ਤੇ ਅਪਾਰ ਕਿਰਪਾ ਅਕਾਲ ਪੁਰਖ ਵਾਹਿਗੁਰੂ ਦੀ ਵਰਤੇ ਜਿਹੜੇ ਨਾਮ ਸਿਮਰਨ ਅਭਿਆਸ ਕਰ ਰਹੇ ਨੇ ਸੰਗਤ ਕਰ ਰਹੇ ਨੇ ਕਿਸੇ ਦੇ ਅਨਹਦ ਬਾਜੇ ਚੱਲ ਰਹੇ ਕਈਆਂ ਦੇ ਅੰਮ੍ਰਿਤ ਰਸ ਆ ਰਿਹਾ ਆ ਕਈਆਂ ਨੂੰ ਪ੍ਰਕਾਸ਼ ਹੋ ਰਿਹਾ ਆ ਹਾਂਜੀ ਕਈ ਦੇਹ ਤੋਂ ਵਿਦੇਹ ਹੋ ਕੇ ਸੁੰਨ ਮੰਡਲ ਦੇ ਵਿੱਚ ਵਿਚਰਦੇ ਨੇ ਅੱਛਾ ਜਿਹੜਾ ਦੇਹ ਤੋਂ ਵਿਦੇਹ ਹੋਣਾ ਉਹ ਕੀ ਹੈ ਜੀ ਪਾਉਣ ਤੋਂ ਵੱਖ ਹੋਣਾ ਮਨ ਜਦੋਂ ਪਾਉਣ ਤੋਂ ਵੱਖ ਹੋ ਜਾਂਦਾ ਉਹ ਦੇਹ ਤੋਂ ਵਿਦੇਹ ਹੋ ਜਾਂਦਾ ਪਾਉਣ ਦਾ ਸੰਪਰਕ ਸਰੀਰ ਨਾਲ ਰਹਿ ਜਾਂਦਾ ਆ ਸ਼ਬਦ ਅਭਿਆਸ ਨਾ ਦੇਹ ਤੋਂ ਵਿਦੇਹ ਦੇਹ ਤੋਂ ਵਿਦੇਹ ਹੋ ਸ਼ਬਦ ਮਰੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨਾ ਸ਼ਬਦ ਦੁਆਰਾ ਮਰਨਾ ਸਿੱਖਣਾ ਸੀ ਦੇਹ ਤੋਂ ਵਿਦੇਹ ਹੋਣਾ ਸਿੱਖਣਾ ਦੇਹ ਤੋਂ ਵਿਦੇਹ ਹੋ ਕੇ ਫਿਰ ਉਸ ਤੋਂ ਬਾਅਦ ਕਿੱਥੇ ਜਾਂਦਾ ਮਨ ਸੁਣ ਮੰਡਲ ਦੇ ਵਿੱਚ ਸੂਖ ਮਿਲ ਜਾ ਕੇ ਉਸ ਦੁਆਰੇ ਤਾਂ ਮੈਂ ਬਸੇ ਭਗਤ ਪਿਆਰੇ ਜੇ ਰੱਬ ਦੇ ਪਿਆਰੇ ਆ ਸਿਮਰਨ ਕਰਦੇ ਆ ਫਿਰ ਉਹਨਾਂ ਦਾ ਵਾਸਾ ਆ ਸੂਖ ਮਿਲਦੇ ਆ ਜੋ ਤੁਸੀਂ ਜ਼ਮੀਨ ਤੋਂ ਲੈ ਕੇ ਸਮਾਨ ਦੇ ਖਾਲੀ ਖਿਲਾ ਵੇਖਦੇ ਆ ਇਹਨੂੰ ਸੂਖ ਮਿਲਦਾ ਇੱਥੇ ਬਾਹਰ ਵੀ ਧਿਆਨ ਲੱਗਦਾ ਜਾਂ ਬਾਹਰ ਵੀ ਭਟਕਣਾ ਜਾਂ ਕੁਛ ਹੋਰ ਹਾਂਜੀ ਵਾਹਿਗੁਰੂ ਬਾਹਰ ਵੀ ਹੈ ਅਤੇ ਆਪਣੇ ਅੰਦਰ ਵੀ ਮੌਜੂਦ ਹੈ ਬਾਹਰ ਵੀ ਉਹ ਬ੍ਰਹਮ ਹੈ ਅਤੇ ਅੰਦਰ ਵੀ ਆਪਣੇ ਬ੍ਰਹਮ ਹੈ ਮੰਨ ਲਓ ਸਰੀਰ ਤੋਂ ਵੱਖ ਹੋ ਗਏ ਤੁਸੀਂ ਕਹਿੰਦੇ ਹੋ ਸਰੀਰ 'ਚੋਂ ਬਾਹਰ ਨਿਕਲ ਗਈ ਸੁਖਮ ਪਰ ਉਹ ਬਾਹਰ ਜਾ ਕੇ ਧਿਆਨ ਲਾਊਗਾ ਜਾਂ ਉਹ ਆਸੇ ਪਾਸੇ ਨੂੰ ਵੇਂਦਾ ਰਹੂਗਾ ਜਾਂ ਬਾਹਰ ਵੀ ਦਿਸੂਗਾ ਸੂਖਮ ਜਿਹੜਾ ਉਹ ਖੇੜੇ ਇੱਦਾਂ ਦਾ ਆ ਕਿ ਉਹ ਧਿਆਨ ਦੇ ਵਿੱਚ ਚਲਾ ਗਿਆ ਮਨ ਉਸ ਵੇਲੇ ਧਿਆਨ ਸਰੀਰ 'ਚ ਨਹੀਂ ਰਿਹਾ ਧਿਆਨ ਦੇ ਵਿੱਚ ਚਲਾ ਗਿਆ ਅਤੇ ਉੱਥੇ ਕੀ ਹੈ ਉੱਥੇ ਪ੍ਰਕਾਸ਼ ਹੀ ਪ੍ਰਕਾਸ਼ ਹੈ ਅਨਭਉ ਪ੍ਰਕਾਸ਼ ਅਮਤੋਜ ਕਹੀਜੈ ਜਿਹੜਾ ਮਾਲਕ ਹੈ ਅਨਭਉ ਪ੍ਰਕਾਸ਼ ਹੈ ਜੋ ਤੁਸੀਂ ਉਹ ਉੱਦਾਂ ਵੀ ਦੇਖ ਲਓ ਜ਼ਮੀਨ ਤੋਂ ਲੈ ਕੇ ਸਮਾਨ 'ਤੇ ਕੀ ਖਾਲੀ ਖੱਲਾ ਪ੍ਰਕਾਸ਼ ਹੀ ਹੈ ਸਾਰਾ ਮਾਲਕ ਹੀ ਹੈ ਹੈ ਨਾ ਇੱਥੇ ਸੌਨ ਮੰਡਲ ਦੇ ਵਿੱਚ ਉਹ ਵਿਚਰਦਾ ਹੈ ਆਪਣੇ ਮਾਤਾ ਪਿਤਾ ਦੇ ਦਰਸ਼ਨ ਵੀ ਕਰਦਾ ਹੈ
ਜਿਹਨੂੰ ਅਨਭਾਵ ਪ੍ਰਕਾਸ਼ ਕਿਹਾ ਅਤੇ ਜਿਹਨੂੰ ਸੁਣ ਕਿਹਾ ਹੈ, ਸੂਖਮ ਕਿਹਾ, ਅਦਿੱਖ ਕਿਹਾ ਹੈ, ਜਿਹਨੂੰ ਮਹਾਰਾਜ ਨੇ ਬੇਅੰਤ ਨਾਵਾਂ ਨੇ ਯਾਦ ਕੀਤਾ। ਅੱਛਾ, ਜਿਹੜੀ ਇਹਦੀ ਸ਼ੁਰੂਆਤ ਹੁੰਦੀ ਆ ਉਹ ਅਣਹਦ ਬਾਣੀ ਤੋਂ ਹੁੰਦੀ ਹੈ, ਜੇ ਮੰਨ ਲਓ ਧਿਆਨ ਕਰਦੇ ਹੋ ਤੁਸੀਂ ਜਾਂ ਜਾਪ ਕਰਦੇ ਹੋ ਤਾਂ ਪਹਿਲਾਂ ਅਣਹਦ ਬਾਣੀ ਚੱਲਦੀ ਆ, ਪਹਿਲਾਂ ਅਭਿਆਸ ਹੁੰਦਾ, ਮਨ ਅੰਦਰ ਤੜਫ ਲੱਗਦੀ ਹੈ, ਫਿਰ ਉਹ ਸਿਮਰਨ ਬਾਜਾ ਮਾਰਦੇ ਅਸੀਂ ਮਹਾਰਾਜ ਨੂੰ, ਵਾਹਿਗੁਰੂ ਵਾਹਿਗੁਰੂ, ਫਿਰ ਮਹਾਰਾਜ ਵੀ ਅੱਗੋਂ ਆਵਾਜ਼ ਦਿੰਦੇ ਨੇ, ਉਹ ਅਨਹਦ ਬਾਣੀ ਰੂਪ ਦੇ ਵਿੱਚ ਹੈ। ਜਿਸ ਤਰ੍ਹਾਂ ਧੁਨਾਂ ਦੇ ਰੂਪ ਦੇ ਵਿੱਚ ਬਾਂਸਰੀ ਦੀ ਆਵਾਜ਼, ਘੜਿਆਲ ਦੀ ਆਵਾਜ਼, ਸੰਖ ਦੀ ਆਵਾਜ਼, ਨਾਦ ਦੀ ਆਵਾਜ਼, ਨਰਸਿੰਘੇ ਦੀ ਆਵਾਜ਼, ਬਹੁਤ ਸਾਰੀਆਂ ਹੋਰ ਆਵਾਜ਼ਾਂ ਨੇ ਜਿਹੜੀਆਂ ਸੁਣਨ ਦੇ ਵਿੱਚ ਚੱਲ ਰਹੀਆਂ, ਮਾਲਕ ਦੇ ਘਰ ਦੇ ਵਿੱਚ ਚੱਲ ਰਹੀਆਂ। ਸੋ ਦਰ ਕਿਹਾ, ਸੋ ਕਰਕੇ ਹਾ, ਜਿਤ ਵੈ ਸਰਬ ਸੰਭਾਲੇ, ਬਾਜੇ ਤੇਰੇ ਨਾਂ ਦਾ ਅਨੇਕ ਅਸੰਖਾਂ ਕੀਤੇ ਬਾਬਾ। ਇੱਕ ਨਾ ਮੈਂ ਹੋਰ ਦਿਮਾਗ ਦੇ ਵਿੱਚ ਸਵਾਲ ਆ, ਮੰਨ ਲਓ ਵਿਗਿਆਨ ਕਹਿੰਦੀ ਆ, ਧਰਮ ਕਹਿੰਦਾ ਵਿਚਾਰ ਆਇਆ ਪਹਿਲਾਂ ਫਿਰ ਆਕਾਰ ਆਇਆ, ਸਾਇੰਸ ਕਹਿੰਦੀ ਹੈ ਪਹਿਲਾਂ ਆਕਾਰ ਹੀ ਬਣਿਆ, ਇੱਕ ਸੈੱਲ ਤੋਂ ਦੋ ਸੈੱਲ, ਤਿੰਨ ਸੈੱਲ, ਚਾਰ ਸੈੱਲ, ਇੱਦਾਂ ਕਰਕੇ। ਹਾਂਜੀ, ਮਹਾਰਾਜ ਨੇ ਗੁਰਬਾਣੀ ਦੇ ਵਿੱਚ ਸਮਝਾ ਦਿੱਤਾ ਕਿ ਕਿਸ ਤਰ੍ਹਾਂ ਮਾਲਕ ਨੇ ਅਕਾਲ ਪੁਰਖ ਦੀ ਉਹ ਆਪਣੇ ਆਪ ਤੋਂ ਖੇਡ ਪ੍ਰਗਟ ਕੀਤਾ, ਆਪਣੇ ਆਪ ਤੋਂ ਪ੍ਰਗਟ ਹੋਇਆ, ਨਿਰਾਕਾਰ ਤੋਂ ਆਕਾਰ ਦੇ ਵਿੱਚ, ਸੂਖਮ ਤੋਂ ਸਥੂਲ ਦੇ ਵਿੱਚ, ਆਦ੍ਰਿਸ਼ਟ ਤੋਂ ਦ੍ਰਿਸ਼ਟਮਾਨ ਦੇ ਵਿੱਚ ਉਹ ਆਪ ਹੀ ਪ੍ਰਗਟ ਹੋ ਕੇ ਆਇਆ। ਕਿੱਦਾਂ ਆਇਆ ਉਹ ਫਿਰ ਮਹਾਰਾਜ ਗੁਰਬਾਣੀ ਵਿੱਚ ਦੱਸਣ ਲੱਗੇ, ਕਹਿੰਦੇ ਸਾਚੇ 'ਤੇ ਪਵਨਾ ਪਿਆ, ਪਵਨੇ 'ਤੇ ਜਲ ਹੋਏ, ਜਲ 'ਤੇ ਤ੍ਰੈ ਪਵਨ ਸਾਜਿਆ, ਘੱਟ ਘੱਟ ਜੋ ਸਮਾਏ। ਪਹਿਲਾਂ ਮਹਾਰਾਜ ਨੇ ਜਿੱਦਾਂ ਕੱਲ੍ਹ ਫੁਰਨਾ ਸੀ, ਫੁਰਨਾ ਨਾਲ ਕੋਈ ਕੰਮ ਕਰਦੇ ਫੁਰਨਾ ਲੈਂਦੇ ਹਾਂ, ਮਹਾਰਾਜ ਨੇ ਵਿਚਾਰ ਇੱਕ ਖੇਡ ਆਪਣੇ ਤੋਂ ਅਨੇਕ ਰੂਪ ਦੇ ਵਿੱਚ ਪ੍ਰਗਟ ਹੋਈ ਹੈ ਜੀ। ਹਾਂਜੀ, ਅਤੇ ਮਾਲਕ ਨੇ ਫਿਰ ਆਵਾਜ਼, ਜਿਹਨੂੰ ਬਿੱਗ ਬੈਂਗ ਸੈਂਸ ਬਿੱਗ ਬੈਂਗ ਕਹਿੰਦਾ, ਧਮਾਕਾ ਹੋਇਆ, ਆਵਾਜ਼ ਆਈ, ਗੁਰਬਾਣੀ ਦੇ ਵਿੱਚ ਉਹਨੂੰ ਸ਼ਬਦ ਕਿਹਾ ਜੀ, ਜਿਹਨੂੰ ਸ਼ਬਦ ਪ੍ਰਗਟ ਹੋਇਆ। ਜੇ ਉਹ ਸ਼ਬਦ ਦੇ ਨਾਲ ਫਿਰ ਕੀਤਾ ਪਸਾਓ, ਏਕੋ ਕਵਾਓ ਤਿਸਤੇ ਹੋਏ ਲਖ ਦਰੀਆਓ, ਉਹ ਕਵਾਓ ਕਹਿੰਦੇ ਮਾਲਕ ਦੀ ਆਵਾਜ਼ ਜੀ, ਮਹਾਰਾਜ ਦੇ ਮੁੱਖ ਦੇ ਵਿੱਚ ਜਿੱਦਾਂ ਸਾਡੇ ਮੁੱਖ ਦੇ ਵਿੱਚ ਆਵਾਜ਼ ਆ ਰਹੀ ਹੈ, ਇਸ ਤਰ੍ਹਾਂ ਮਾਲਕ ਵੀ ਜਦੋਂ ਬੋਲੇ ਗੁਰਸ਼ਬਦੀ ਗੋਬਿੰਦ ਗੱਜਿਆ, ਜਦੋਂ ਮਹਾਰਾਜ ਬੋਲੇ ਮਹਾਰਾਜ ਦੇ ਬੋਲਣ ਦੇ ਨਾਲ ਹੀ ਪੌਣ ਸ਼ੁਰੂ ਹੋ ਗਈ, ਅੱਗੇ ਪਾਣੀ ਸ਼ੁਰੂ ਹੋ ਗਿਆ, ਪਾਣੀ ਤੋਂ ਅਗਨ ਸ਼ੁਰੂ ਹੋ ਗਈ, ਅਤੇ ਫਿਰ ਧੁੰਦੂਕਾਰਾ ਹੋ ਗਿਆ, ਅਰਬਰ ਨਰਬਰ ਧੁੰਦੂਕਾਰਾ, ਧਰਨ ਨਾ ਗਗਨਾ ਹੁਕਮ ਪਾਰਾ, ਨਾ ਨਰਾਇਣ ਨਾ ਚੰਦ ਨਾ ਸੂਰਜ, ਸੁੰਨ ਸਮਾਦ ਲਗਾ ਜਾਂਦਾ ਮਹਾਰਾਜ, ਫਿਰ ਧੁੰਦੂਕਾਰਾ ਹੋ ਗਿਆ। ਧੁੰਦੂਕਾਰਾ ਦੇ ਵਿੱਚ ਲੋੜ ਅਨੁਸਾਰ ਮਹਾਰਾਜ ਨੇ ਪਾਉਣ ਲਈ ਆਕਾਰ ਤਿਆਰ ਕਰਨ ਵਾਸਤੇ, ਸਰੀਰ ਤਿਆਰ ਕਰਨ ਵਾਸਤੇ ਪਾਉਣ ਲਈ ਪਾਣੀ ਲਿਆ, ਅਗਨ ਲਈ ਮਿੱਟੀ ਤੱਤ ਲਿਆ, ਇਹ ਤੱਤ ਲੈ ਲਿਆ, ਆਕਾਸ਼ ਤੱਤ ਸੁਣਨ ਵਾਸਤੇ ਜਿਹੜਾ ਸੁਣਦੇ ਹਾਂ, ਆਕਾਸ਼ ਤੱਤ ਲੈ ਲਿਆ, ਪੰਜੇ ਤੱਤ ਪਰਗ, ਪੰਜ ਤੱਤ ਸੁਣੋ ਪਰਗਾਸਾ, ਦੇਹ ਸੰਜੋਗੀ ਕਰਮ ਅਭਿਆਸ, ਢਾਂਚਾ ਬਣਾ ਦਿੱਤਾ, ਸਰੀਰ ਬਣਾ ਦਿੱਤਾ, ਅਤੇ ਇਸ ਤਰ੍ਹਾਂ ਮਹਾਰਾਜ ਨੇ ਗੁਰਬਾਣੀ ਨਹੀਂ ਮਤਲਬ ਵੀ ਜਿਵੇਂ ਉਹ ਕਹਿੰਦੇ ਆ ਨਾ ਵੀ ਸਾਇੰਸ ਕਹਿੰਦੀ ਵੀ ਇੱਕ ਸੈੱਲ ਇੱਦਾਂ ਕਰਕੇ ਹੋਇਆ ਹੈ ਨਾ, ਵੀ ਫਿਰ ਜਿਹੜੀਆਂ ਸਾਰੀਆਂ 84 ਲੱਖ ਜੂਨਾਂ ਇੱਕੋ ਵਾਰੀ 'ਚ ਬਣੀਆਂ ਨੇ। ਹਾਂਜੀ, ਇੱਕੋ ਵਾਰੀ ਮਹਾਰਾਜ ਨੇ ਅੰਡਜ ਜੇਰਜ ਸੇਤ ਯਕੀਨੀ ਉਤਪਜ ਖਾਨ ਬਹੁ ਰਚ ਦੀਨੀ, ਕੁਝ ਅੰਡਿਆਂ ਤੋਂ, ਕੁਝ ਜੇਰ ਤੋਂ, ਕੁਝ ਮਿੱਟੀ ਤੋਂ, ਕੁਝ ਪਸੀਨੇ ਤੋਂ, ਇਸ ਤਰ੍ਹਾਂ ਮਹਾਰਾਜ ਨੇ ਚਾਰੇ ਖਾਣੀਆਂ ਦੇ ਵਿੱਚ ਫਿਰ ਜੀਵਾਂ ਨੂੰ ਉਤਾਰਨਾ ਸ਼ੁਰੂ ਕਰ ਦਿੱਤਾ। ਇੱਕੋ ਵਾਰੀ ਬਣੇ ਆ ਵੀ, ਹਰੇਕ ਦੇ ਵਿੱਚ ਨਰ ਮਾਦਾ ਬਣਾਇਆ ਗਿਆ, ਜੋੜਾ ਜੋੜਾ ਬਣਾ ਦਿੱਤਾ, ਇੱਕੋ ਵਾਰੀ ਮਹਾਰਾਜ ਨੇ ਬਣਾ ਦਿੱਤੇ ਆ 84 ਲੱਖ ਜੂਨ। ਮਤਲਬ ਵੀ ਹੌਲੀ ਹੌਲੀ ਨਹੀਂ, ਜਿਵੇਂ ਸਾਇੰਸ ਦੀ ਗੱਲ ਕਰੀਏ ਤਾਂ ਉਹ ਕਹਿੰਦੇ ਵੀ ਸਦੀਆਂ ਲੱਗ ਗਈਆਂ, ਪਹਿਲਾਂ ਇੱਕ ਚੀਜ਼ ਬਣੀ ਫਿਰ ਦੋ ਫਿਰ ਤਿੰਨ, ਇੱਦਾਂ ਨਹੀਂ ਇੱਕੋ ਵਾਰ ਬਣਿਆ, ਇੱਕੋ ਵਾਰੀ ਸਾਰਾ ਕੁਛ ਬਣਾ। ਜੀ ਜੀ ਜੀ। ਅੱਛਾ, ਮੁਕਤੀ ਕਿਉਂ ਜ਼ਰੂਰੀ ਆ? ਕਿਉਂਕਿ ਮਨ ਨੂੰ ਖੇਡ ਮਨ ਦੀ ਸੀ, ਮਰ ਨੇ ਆਪਣੇ ਨਾਲ ਭੁਲਾ ਕੇ ਸਾਨੂੰ ਤ੍ਰੈ ਗੁਣਾਂ ਦੇ ਨਾਲ, ਦ੍ਰਿਸ਼ਟਮਾਨ ਦੇ ਨਾਲ ਜੋੜ ਦਿੱਤਾ, ਤ੍ਰੈ ਗੁਣਾਂ ਦੇ ਵਿੱਚ ਭੁਲਾ ਦਿੱਤਾ। ਹੁਣ ਭੁੱਲੇ ਭੁੱਲ ਜਿਹੜਾ ਮਨ ਭੁੱਲੇ ਗਿਆ ਆਪਣੇ ਮਾਤਾ ਪਿਤਾ ਨੂੰ, ਸਮਝ ਲਓ ਖੁਆਰ ਹੋ ਗਿਆ ਜੂਨਾਂ ਦੇ ਵਿੱਚ, ਵਾਰ ਵਾਰ ਜੂਨਾਂ ਦੇ ਵਿੱਚ ਜਾਣ ਲੱਗ ਪਿਆ ਜਿਹੋ, ਕਿਉਂਕਿ ਖੇਡ ਸੀ ਮਾਲਕ ਨਾਲ ਮਿਲਾਪ ਕਰਨਾ, ਮਾਲਕ ਨਾਲ ਮਿਲਾਪ ਨਹੀਂ ਵਾਹਿਗੁਰੂ ਨੇ ਨਾ ਕੀਤਾ, ਅਤੇ ਧਿਆਨ ਕਾਹਦਾ ਧਰ ਲਿਆ? ਸੰਸਾਰ ਦਾ, ਦ੍ਰਿਸ਼ਟਮਾਨ ਦਾ, ਆਕਾਰਾਂ ਦਾ। ਅਤੇ ਜਿਹਦਾ ਜਿਹਦਾ ਮਨ ਦੇ ਵਿੱਚ ਆਕਾਰ ਆ, ਜਿਹਦਾ ਧਿਆਨ ਧਰਦਾ ਉੱਧਰ ਆਕਾਰ ਵਿੱਚ, ਫਿਰ ਜੋਤ ਉਹਾਂ ਜੁਗਤ ਸਾਏ ਸਹਿ ਕਾਇਆ, ਫਿਰ ਪਲਟੀਏ, ਜੋਤ ਉਹੀ ਹੈ ਜਿਹੜੀ ਮਾਲਕ ਨੇ ਭੇਜੀ ਹੈ, ਜਿਹੜੀ ਸਤਯੁਗ ਵਿੱਚ ਸੀ, ਤ੍ਰੇਤੇ ਵਿੱਚ ਸੀ, ਦੁਆਪਰ ਵਿੱਚ ਸੀ, ਹੁਣ ਕਲਯੁਗ ਵਰਤ ਰਹੀ ਹੈ। ਬਾਹਰੀ ਆਕਾਰ ਚੇਂਜ ਕਰਨੇ ਉਹ ਹੋਣੇ ਸ਼ੁਰੂ ਹੋ ਗਏ, ਕਦੀ ਕਿਸੇ ਜੂਨ ਚਲਾ ਗਿਆ, ਕਦੀ ਕਿਸੇ ਜੂਨ ਚਲਾ ਗਿਆ, ਨਿਰਾਕਾਰ ਦੇ ਵਿੱਚ ਨਹੀਂ ਗਿਆ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿ ਰਹੀ ਹੈ ਕਿ ਹੁਣ ਤੂੰ ਆਪਣੇ ਮੂਲ ਨੂੰ ਮਿਲ, ਆਪਣੇ ਵਾਹਿਗੁਰੂ ਨੂੰ ਮਿਲ, ਪਰਮਾਤਮਾ ਨੂੰ ਮਿਲ, ਅਤੇ ਉਹਦਾ ਧਿਆਨ ਧਰ, ਧਿਆਨ ਧਰੋ, ਤੈਂ ਕੋ ਮਨ ਮੇ ਜੈ ਕੋ ਮਤੋਜ ਸਭੇ ਜਗ ਛਾਇਓ। ਅੱਛਾ, ਮੁਕਤੀ ਤੋਂ ਬਾਅਦ ਵੀ ਕੋਈ ਜੀਵਨ ਹੈਗਾ ਜਾਂ ਮੁਕਤੀ ਹੋ ਕੇ ਬਸ ਮੁੜ ਕੇ? ਮੁਕਤ ਤਾਂ ਮਹਾਰਾਜ ਸਾਨੂੰ ਕਈ ਵਾਰ ਕਰਦੇ ਨੇ, ਦਿਨ ਦੇ ਵਿੱਚ ਕਈ ਵਾਰ ਕਰਦੇ ਨੇ, ਹੈ ਨਾ ਜੀ, ਵਿਚਾਰਾਂ ਤੋਂ ਮੁਕਤ ਕਰ ਦਿੰਦੇ ਨੇ, ਸਾਨੂੰ ਨੀਂਦ ਆ ਜਾਂਦੀ ਹੈ, ਸੁਣ ਵਿੱਚ ਚਲੇ ਜਾਂਦੇ ਹਾਂ,
ਮੁਕਤੀ ਤਾਂ ਅਲੱਗ ਚੀਜ਼ ਹੈ, ਮੁਕਤ ਤੋਂ ਉੱਤੇ ਹੈਗਾ ਅਮਰ ਪਦ ਵੀ, ਦੁਆਰਾ ਆਉਣਾ ਜਨਮ ਮਰਨ ਖੰਡਨ ਆਪਣਾ ਹੋ ਜਾਵੇ। ਜਦੋਂ ਨਾਮ ਦੀ ਪ੍ਰਾਪਤੀ ਹੋਏਗੀ ਫਿਰ ਸਾਡਾ ਜਨਮ ਮਰਨ ਖੰਡਨ ਹੋਵੇਗਾ। ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਪਵ ਖੰਡਾ ਹੈ, ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁਤ ਸੋਭ ਖੰਡ ਬ੍ਰਹਿਮੰਡਾ ਹੈ। ਜਦੋਂ ਨਾਮ ਮਹਾਰਾਜ ਤੋਂ ਪ੍ਰਾਪਤੀ ਹੋ ਗਈ, ਨਾਮ ਲਿਖਣ ਪੜ੍ਹਨ ਦੇ ਵਿੱਚ ਨਹੀਂ ਆਉਂਦਾ, ਕਾਗਜ਼ ਕਲਮ ਨਾ ਲਿਖਣ ਹਾਰ, ਮੰਨੇ ਕਾ ਬੈ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ। ਉਹ ਲਿਖਣ ਪੜ੍ਹਨ ਦੇ ਵਿੱਚ ਨਹੀਂ, ਮਾਲਕ ਦੇ ਮੁੱਖ ਦੀ ਆਵਾਜ਼ ਹੈ। ਜਦੋਂ ਨਾਮ ਦੀ ਪ੍ਰਾਪਤੀ ਹੋ ਗਈ, ਸਾਡਾ ਮਨ ਨਾਮ ਦੇ ਵਿੱਚ ਸਮਾ ਗਿਆ, ਅਤੇ ਇਹਦਾ ਜਨਮ ਮਨ ਖੰਡਨ ਹੋ ਗਿਆ। ਸਮਝੋ ਮੁਕਤੀ ਕੀ ਆ, ਮੁਕਤ ਭਏ ਤਿੰਨ ਸਾਧ ਸੰਗਤ ਤਿੰਨ ਕੇ ਅਵਗਣ ਪਰ ਹਰਿਆ, ਤਿੰਨ ਕੋ ਦੇਖ ਭਏ ਕਿਰਪਾਲਾ ਤਿੰਨ ਭਵ ਸਾਗਰ ਤਰਿਆ। ਜਦੋਂ ਅਸੀਂ ਸੰਗਤ ਵਿੱਚ ਆਉਂਦੇ ਹਾਂ ਸਾਨੂੰ ਮੁਕਤ ਕਰ ਦਿੰਦੇ ਆ ਮਾਇਆ ਤੋਂ, ਤਾਂ ਹੀ ਸੰਗਤ ਵਿੱਚ ਆਉਂਦੇ ਹਾਂ। ਨਹੀਂ ਮੇਰੇ ਨਾ ਮੇਰਾ ਇਹ ਜਾਣਨਾ ਚਾਹੁੰਦਾ ਵੀ ਮੰਨ ਲਓ ਜਿਹੜਾ ਨਾਮ ਸ਼ਬਦ 'ਚ ਮਿਲ ਗਏ ਫਿਰ ਤਾਂ ਮਤਲਬ ਸਾਰਾ ਕੁਛ ਖਤਮ ਹੀ ਹੋ ਗਿਆ ਹੈ ਨਾ, ਮੁੜ ਕੇ ਤਾਂ ਕੁਛ ਵੀ ਨਹੀਂ ਰਹਿਣਾ ਨਾ, ਕਿ ਕੋਈ ਜੀਵਨ ਹੁੰਦਾ ਕੋਈ ਸੂਖਮ ਜੀਵਨ ਹੈਗਾ ਅੱਗੇ, ਉਹ ਤੋਂ ਅੱਗੇ ਕੋਈ ਜੀਵਨ ਹੀ ਹੈ ਨਹੀਂ, ਉਹ ਤੋਂ ਮਾਲਕ ਹੈ। ਹੁਣ ਦੇਖੋ ਇੱਕ ਪਾਣੀ ਹੈ, ਇੱਕ ਪਾਣੀ ਗਲਾਸ ਦੇ ਵਿੱਚ ਹੈ, ਇੱਕ ਪਾਣੀ ਜਿੱਥੇ ਅਸੀਂ ਟੱਬ ਦੇ ਵਿੱਚੋਂ ਲਿਆ, ਜਦੋਂ ਪਾਣੀ ਕਦੋਂ ਵੱਖਰਾ ਦਿਖਦਾ, ਜਦੋਂ ਗਲਾਸ ਦੇ ਵਿੱਚ ਹੈ ਕੋ ਆਕਾਰ ਦੇ ਵਿੱਚ ਹੈ। ਜਦੋਂ ਉਹੀ ਪਾਣੀ ਜਦੋਂ ਦੂਸਰੇ ਪਾਣੀ ਦੇ ਵਿੱਚ ਮਿਲਾ, ਜਿੱਥੋਂ ਲਿਆ ਉੱਥੇ ਮਿਲਾ ਦਈਏ, ਅਤੇ ਬਾਅਦ 'ਚ ਆਕਾਰ ਲੱਭੀਏ ਕਿੱਥੇ ਗਿਆ, ਆਕਾਰ ਤਾਂ ਖਤਮ ਹੋ ਗਿਆ। ਜਿੰਨਾ ਚਿਰ ਅਸੀਂ ਦੇਹ ਦੇ ਵਿੱਚ ਹਾਂ ਆਕਾਰ ਦਿਸੇਗਾ, ਅਸੀਂ ਆਕਾਰ ਵਿੱਚ ਹਾਂ। ਜਦੋਂ ਇਹੀ ਜੋਤ ਅਕਾਲ ਪੁਰਖ ਵਿੱਚ ਸਮਾ ਗਈ, ਉਹਦੇ ਵਿੱਚ ਲੀਨ, ਨਾਨਕ ਲੀਨ ਪਏ ਹੋ ਗੋਬਿੰਦ ਸਿੰਘ ਜੋ ਪਾਣੀ ਸੰਘ ਪਾਣੀ, ਫਿਰ ਤਾਂ ਉਹਦਾ ਰੂਪ ਹੋ ਗਿਆ। ਸੂਰਜ ਕਿਰਨ ਮਿਲੇ ਜਲ ਕਾ ਜਲ ਹੋਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਜੋਤ ਵਿੱਚ ਜੋਤ ਰਲ ਗਈ ਤਾਂ ਕਿੱਥੋਂ ਲੱਭੋਗੇ, ਉਹ ਤਾਂ ਉਹਦਾ ਰੂਪ ਹੋ ਗਿਆ, ਫਿਰ ਉਹਦਾ ਰੂਪ ਹੋਣਾ ਹੈ ਪਰਮਾਤਮਾ ਦਾ ਰੂਪ। ਅਸੀਂ ਉਹਦੇ ਬੱਚੇ ਹਾਂ ਨਾ, ਮਨ ਤੂੰ ਬੂੰਦ ਨੇ ਸਾਗਰ ਹੋਣਾ, ਡਿੱਗ ਕੇ ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ, ਉਹਦਾ ਰੂਪ ਹੋਣਾ ਆ ਜੀ। ਹਾਂ ਜਿੰਨਾ ਚਿਰ ਬੂੰਦ ਉਨਾ ਚਿਰ ਵੱਖਰੀ ਆ, ਜਿੰਨਾ ਚਿਰ। ਅੱਛਾ ਇਹ ਇਹ ਗੱਲ ਦੱਸੋ ਵੀ ਜਿਹੜੀ ਆਹ ਸੰਸਾਰ ਆ, ਇਹ ਮੰਨ ਲਈਏ ਆਪਾਂ ਵੀ ਇਹ ਤਾਂ ਸਿਰਫ ਇੱਕ ਜਿਵੇਂ ਵੀਡੀਓ ਗੇਮ ਹੁੰਦੀ ਆ ਉਵੇਂ ਚੀਜ਼ਾਂ ਨੇ, ਤੁਸੀਂ ਉਹ ਐਨਰਜੀ ਮਿਲ ਜਾਂਦੀ ਆ, ਪੈਸੇ ਮਿਲ ਜਾਂਦੇ ਆ, ਕੰਮ ਕਰ ਲੈਂਦੇ, ਇਹੀ ਚੀਜ਼ ਆ। ਇੱਥੇ ਖੇਡ ਚੱਲ ਰਿਹਾ ਜਿੱਦਾਂ ਫੁੱਟਬਾਲ ਦਾ, ਕ੍ਰਿਕਟ ਦਾ ਮੈਚ ਚੱਲ ਰਿਹਾ, ਫੁੱਟਬਾਲ ਦਾ, ਕਬੱਡੀ ਦਾ ਮੈਚ, ਇਸ ਤਰ੍ਹਾਂ ਖੇਲ ਚੱਲ ਰਿਹਾ। ਆਵਣ ਜਾਣ ਖੇਲ ਬਣਾਇਆ, ਆਗਿਆਕਾਰੀ ਨਹੀਂ ਮਾਇਆ, ਮਾਇਆ ਆਗਿਆ ਦੇ ਵਿੱਚ ਹੈ, ਕਾਲ ਹੈ ਉਹਦੇ ਪੰਜ ਨਮਿੰਦੇ ਨੇ, ਕਾਮ ਕ੍ਰੋਧ ਲੋਭ ਮੋਹੰਕਾਰ, ਜਿਹੜੇ ਸਾਨੂੰ ਵਿਚਾਰ ਦੇ ਰਹੇ ਨੇ। ਖੇਲ ਤਾਂ ਹੀ ਚੱਲਦਾ ਜੀ, ਵਿਚਾਰ ਦੋ ਟੀਮਾਂ ਹੁੰਦੀਆਂ, ਇੱਕ ਪਾਸੇ ਪੰਜ ਜਾਣੇ, ਇੱਕ ਪਾਸੇ ਮਨ, ਉਹਨਾਂ ਨੇ ਵਿਚਾਰ ਦੇਣੇ ਨੇ। ਖੇਲ ਤਾਂ ਹੀ ਚੱਲਦਾ, ਵਿਚਾਰ ਆ ਰਹੇ ਆ, ਫੁਰਨੇ ਆ ਰਹੇ ਆ, ਖੇਲ ਦੇ ਵਿੱਚ ਆ। ਜੇ ਵਿਚਾਰ ਬੰਦ ਕਰ ਦੇ ਖੇਲ ਤੋਂ ਬਾਹਰ ਹੋ ਗਏ, ਵਿਚਾਰ ਮਾਰੇ ਤਰੇ ਤਾਰੇ ਉਲਟ ਜੂਨ ਨਾ ਆਵੇ। ਮਾਰ ਕਹਿੰਦੇ ਵਿਚਾਰ ਬੰਦ ਕਰ ਦਿਓ, ਤੁਸੀਂ ਖੇਲ ਤੋਂ ਬਾਹਰ, ਖੇਲ ਜਿੱਤ ਲਿਆ ਤੁਸੀਂ, ਵਿਚਾਰੇ ਮਾਰਨੇ ਆਪਾਂ, ਅਤੇ ਵਿਚਾਰ ਜੇ ਵਿਚਾਰ ਆ ਰਹੇ ਆ, ਅਸੀਂ ਮਾਇਆ ਦੇ ਵਿੱਚ ਆ, ਸੰਸਾਰ ਦੇ ਵਿੱਚ ਖੇਲ ਚੱਲ ਰਿਹਾ। ਬੜੀ ਨਾ ਕਨਫਿਊਜ਼ਨ ਆ, ਦੁਬਿਧਾ ਵੀ ਆ ਵੀ ਅੱਜ ਕੱਲ੍ਹ ਨਾ ਇੰਨੇ ਮੈਡੀਟੇਸ਼ਨ ਸੈਂਟਰ ਬਣ ਗਏ, ਅਲੱਗ ਅਲੱਗ ਅਭਿਆਸ ਹੋ ਰਿਹਾ, ਅਲੱਗ ਅਲੱਗ ਚੀਜ਼ਾਂ ਚੱਲ ਰਹੀਆਂ ਨੇ, ਕੋਈ ਕੁੰਡਲਿਨੀ ਦਾ ਕਹਿ ਰਿਹਾ, ਕੋਈ ਕੁਛ ਕਰ ਰਿਹਾ, ਕੋਈ ਕੁਛ ਕਰ ਰਿਹਾ, ਰਾਹ ਜਿਹੜਾ ਹੈਗਾ ਉਹ ਸਹੀ ਰਾਹ ਕਿਹੜਾ? ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸਾਨੂੰ ਮਾਰਗ ਦਰਸ਼ਨ ਕਹਿ ਰਹੀ ਹੈ, 36 ਮਹਾਂਪੁਰਖਾਂ ਦਾ ਆਪਣਾ ਪ੍ਰੈਕਟੀਕਲ ਆ, ਆਪਣਾ ਅਭਿਆਸ ਹੈ, ਕਿਸ ਤਰ੍ਹਾਂ ਉਹਨਾਂ ਨੇ ਗੁਰੂ ਦੀ ਸ਼ਰਨ ਵਿੱਚ ਜਾ ਕੇ ਆਪਾਂ ਸਮਰਪਣ ਕੀਤਾ, ਕਿਸ ਤਰ੍ਹਾਂ ਉਹਨਾਂ ਨੇ ਸ਼ਬਦ ਦਾ ਅਭਿਆਸ ਕੀਤਾ, ਕਿਸ ਤਰ੍ਹਾਂ ਇਸ ਮਾਰਗ ਨੂੰ ਖੋਜਿਆ, ਕਿੱਦਾਂ ਪਰਮਾਤਮਾ ਦੇ ਨਾਲ ਮਿਲਾਪ ਕੀਤਾ, ਸਾਰਾ ਰਸਤਾ ਦੱਸ ਦਿੱਤਾ ਹੈ। ਖੇਡ ਹੈ ਸਾਨੂੰ ਗੁਰਬਾਣੀ ਦੇ ਵਿੱਚ ਜੋ ਦੱਸਿਆ ਜਾ ਰਿਹਾ, ਉਹਨੂੰ ਸੱਤ ਸੱਤ ਕਰਕੇ ਮੰਨ ਲਈਏ ਅਤੇ ਉਹਨੂੰ ਜੀਵਨ ਦੇ ਵਿੱਚ ਕਮਾਈਏ। ਸਤਿਗੁਰ ਕੀ ਬਾਣੀ, ਸੱਤ ਸੱਤ ਕਰ ਜਾਣੋ ਗੁਰਸਿੱਖੋ, ਹਰ ਕਰਤਾ ਆਪ ਮੁੜੋ ਮੋਹ ਕਢਾਵੇ। ਜੇ ਤਾਂ ਅਸੀਂ ਬਾਣੀ ਦੀ ਮੋਹਰ ਲਾ ਰਹੇ ਹਾਂ, ਤੁਹਾਨੂੰ ਫੱਟ ਪਤਾ ਲੱਗ ਜਾਏਗਾ ਤੁਸੀਂ ਗੁਰਬਾਣੀ, ਬਾਕੀ ਤੁਹਾਡਾ ਪ੍ਰੈਕਟਿਕ, ਤੁਸੀਂ ਗੁਰਬਾਣੀ ਮੁਤਾਬਕ ਗੱਲ ਕਰਦੇ। ਜੇ ਅਸੀਂ ਇੱਧਰ ਉੱਧਰ ਗੱਲਾਂ ਮਾਰਦੇ ਹੋਈਏ, ਤੁਸੀਂ ਕਹਿ ਦੋਗੇ ਭਾਈ ਸਾਹਿਬ ਨਹੀਂ ਤੁਹਾਡਾ ਪ੍ਰੈਕਟੀਕਲ ਨਹੀਂ ਹੈਗਾ। ਕੋਈ ਬਾਣੀ ਦੀ ਮੋਹਰ ਸਾਨੂੰ ਲਾਉਣੀ ਪੈਣੀ ਹੈ। ਗੁਰਬਾਣੀ ਉਹਨਾਂ 36 ਮਹਾਂਪੁਰਖਾਂ ਦੀ ਆ ਜਿਹਨਾਂ ਦਾ ਆਪਣਾ ਪ੍ਰੈਕਟੀਕਲ ਸੀ, ਮਾਲਕ ਨਾਲ ਮਿਲਾਪ ਕੀਤਾ ਸੀ, ਹੈ ਨਾ। ਖੋਜਣਾ ਕਿ ਅਸੀਂ ਗੁਰਬਾਣੀ, ਚਾਹੇ ਵੇਦ ਨੇ, ਚਾਹੇ ਸ਼ਾਸਤਰ ਨੇ, ਚਾਹੇ ਪਵਿੱਤਰ ਬਾਈਬਲ ਆ, ਕੁਰਾਨ ਸ਼ਰੀਫ ਹੈ, ਹੈ ਨਾ, ਅਤੇ ਧਰਮ ਗ੍ਰੰਥ ਨੇ, ਉਹਦੇ ਵਿੱਚ ਨਾਮ ਦੀ ਮਹਿਮਾ ਵਡਿਆਈ ਕੀਤੀ ਹੋਈ ਹੈ, ਪਰਮਾਤਮਾ ਦੀ ਵਡਿਆਈ ਕੀਤੀ ਹੋਈ ਹੈ। ਇਹ ਤਾਂ ਹੁਣ ਆਪਣੇ ਅਭਿਆਸ 'ਤੇ ਆ। ਹੁਣ 22 ਮੰਜੀਆਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਵੇਲੇ ਲੱਗ ਗਈਆਂ ਸੀ ਬਾਬੇ ਬਕਾਲੇ। ਕੋਈ ਕਹਿੰਦਾ ਮੈਂ ਗੁਰੂ ਹਾਂ, ਕੋਈ ਕਹਿੰਦਾ ਮੈਂ ਗੁਰੂ ਹਾਂ, ਕੋਈ ਕਹਿੰਦਾ ਮੈਂ ਗੁਰੂ ਹਾਂ, ਪਰ ਹੁਣ ਜਿਹਨਾਂ ਦਾ ਪ੍ਰੈਕਟੀਕਲ ਸੀ, ਅਭਿਆਸ ਸੀ, ਹੈ ਨਾ ਜੀ, ਉਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਬਾਬੇ ਬਕਾਲੇ ਬੈਠੇ, ਜਿਨ੍ਹਾਂ ਨੇ 26 ਸਾਲ ਉੱਥੇ ਮਹਾਰਾਜ ਦਾ ਜਪ ਤਪ ਕੀਤਾ, ਅਕਾਲ ਪੁਰਖ ਵਾਹਿਗੁਰੂ ਨੂੰ ਅਰਾਧਿਆ, ਹੈ ਨਾ ਜੀ, ਅਭਿਆਸ ਕੀਤਾ ਜੀ, ਹੈ ਨਾ, ਜਿਹਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਬਾਣੀ 'ਚ ਬੋਲੇ, ਤਾਤ ਮਾਤ ਮੋਹਰੇ ਅਲਖ ਅਰਾਧਾ, ਬਹੁ ਬਿਨ ਯੋਗ ਸਾਧਨਾ ਸਾਧਾ, ਇੰਜੋ ਕਰੀ ਅਲਖ ਕੀ ਸੇਵਾ, ਤਾਂ ਤੇ ਪ੍ਰਸੰਨ ਪਏ ਗੁਰਦੇਵਾ।
ਜਦੋਂ ਮੇਰੇ ਮਾਤਾ ਪਿਤਾ ਨੇ ਭਗਤੀ ਕਿੱਥੇ ਕੀਤੀ? ਬਾਬੇ ਬਕਾਲੇ ਉਹਨਾਂ ਨੇ ਬਹਿ ਕੇ, ਮਾਤਾ ਗੁਜਰ ਕੌਰ ਜੀ ਨੇ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਬੰਦਗੀ ਕੀਤੀ, ਪਰਮੇਸ਼ੁਰ ਨੂੰ ਖੁਸ਼ ਕੀਤਾ ਜੀ। ਫਿਰ ਅਕਾਲ ਪੁਰਖ ਵਾਹਿਗੁਰੂ ਨੇ ਫਿਰ ਉਹਨਾਂ ਦੇ ਘਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਭੇਜੇ ਜੀ, ਹੈ ਨਾ। ਅਤੇ ਇਸ ਕਰਕੇ ਮਹਾਰਾਜ ਨੇ ਗੁਰਬਾਣੀ ਵਿੱਚ ਦੱਸਿਆ ਕਿ ਅਸੀਂ ਦੇਖਣਾ ਹੁੰਦਾ ਕਿ ਪ੍ਰੈਕਟੀਕਲ ਵਾਕਈ ਸਹੀ, ਗੁਰਬਾਣੀ ਮੁਤਾਬਕ ਇਹ ਸਹੀ ਚੱਲ ਰਿਹਾ, ਗੁਰਬਾਣੀ ਹੀ ਸਾਨੂੰ ਮਾਰਗ ਦਰਸ਼ਨ ਕਰ ਰਹੀ ਹੈ ਸਹੀ, ਕਿਸ ਤਰ੍ਹਾਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣਾ ਆ, ਮਿਲਾਪ ਕਰਨਾ ਹੈ। ਜੇ ਹੁਣ ਕਈ ਹੁੰਦੇ ਵੀ ਆ ਕਿ ਬਈ ਮੈਂ ਤੁਹਾਨੂੰ ਦਰਸ਼ਨ ਕਰਾ ਦਿੰਦਾ, ਮੈਂ ਤੁਹਾਡੇ ਕੁੰਡਲੀ ਜਾਗਰਨ ਕਰ ਦਿੰਦਾ, ਫਲਾਣੀ ਥਾਂ ਧਿਆਨ ਲਵਾ ਦਿੰਦਾ। ਹੁਣ ਮਹਾਰਾਜ ਗੁਰਬਾਣੀ ਵਿੱਚ ਦੱਸਿਆ ਕਿ ਗੁਰੂ ਕੌਣ ਪੂਰਾ ਹੈ, ਸੋਗਰ ਕਰੋ ਜੇ ਸੱਚ ਲੜਾਏ, ਕੱਥ ਕਥਾਏ ਸ਼ਬਦ ਮਿਲਾਏ। ਪੂਰਾ ਗੁਰੂ ਕੌਣ ਹੈ? ਜਿਹੜਾ ਮਹਾਰਾਜ ਕਹਿੰਦੇ ਤੁਹਾਡਾ ਪ੍ਰਤੱਖ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਾਪ ਕਰਾ ਦੇਵੇ, ਉਹਦੀ ਆਵਾਜ਼ ਇਹਨਾਂ ਕੰਨਾਂ ਨਾਲ ਸੁਣਾ ਦੇਵੇ, ਅਤੇ ਉਹਨੂੰ ਕਹਿੰਦੇ ਪੂਰਾ ਗੁਰੂ। ਸੋਗੁਰ ਕਰੋ ਸੱਚ ਲੜਾਏ ਕੱਥ ਕਥਾਏ, ਵਿਛੜਨ ਤੋਂ ਲੈ ਕੇ ਮਿਲਾਪ ਦੀ ਕਹਾਣੀ ਨੂੰ ਕਹਿੰਦੇ ਅਕੱਥ ਕਹਾਣੀ, ਉਹ ਸੁਣਾ ਦੇਵੇ। ਅਤੇ ਆਮ ਜੀਵ ਹੁਣ ਜਿੱਦਾਂ ਜਿੱਦਾਂ ਖੇਡ ਚੱਲ ਪਈ ਉਹ ਆ, ਉਹ ਕਹਿੰਦਾ ਆਉਣ ਵਾਲੇ ਸਮੇਂ 'ਚ ਮਹਾਰਾਜ ਦੱਸਿਆ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕਿਉਂ ਸਤਿਗੁਰੂ ਦਾ ਖਿਤਾਬ ਦੇ ਕੇ ਗਏ ਨੰਦੇੜ ਸਾਹਿਬ ਦੀ ਧਰਤੀ। ਉਹਨਾਂ ਪਤਾ ਆਉਣ ਵਾਲੇ ਸਮੇਂ 'ਤੇ ਘਰ ਘਰ ਗੁਰੂ ਉੱਠ ਖੜ੍ਹਨੇ ਆ, ਉਦੋਂ 22 ਮੰਜੀਆਂ ਲੱਗੀਆਂ, ਆਉਣ ਵਾਲੇ ਸਮੇਂ ਗੁਰੂ ਜ਼ਿਆਦਾ ਹੋ ਜਾਣੇ ਆ। ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਗੁਰੂ ਥਾਪ ਸਕਦੇ ਸੀ, ਪਰ ਨਹੀਂ, ਜਰਨੈਲ ਥਾਪ ਕੇ ਭੇਜਿਆ, ਸਿਪਾ ਸਲਾਰੇ ਥਾਪਿਆ। ਅੱਛਾ ਤੁਸੀਂ ਕੀ ਹੋ? ਅਸੀਂ ਤਾਂ ਉਹਦੇ ਚਰਨ ਧੂੜ ਆ ਮਹਾਰਾਜ ਦੇ ਚਰਨਾਂ ਦੀ, ਅਸੀਂ ਤਾਂ ਆਪ ਜਪੇ ਆਪਣਾ ਨਾਮ ਜਪਾਵੇ, ਹੈ ਨਾ ਜੀ। ਸਾਡੀ ਤਾਂ ਮਹਾਰਾਜ ਨੇ ਡਿਊਟੀ ਲਾਈ, ਅਸੀਂ ਤਾਂ ਕੁਛ ਵੀ ਨਹੀਂ ਹੈਗੇ ਉਹਦੇ ਮਰੇ ਨੂੰ। ਗੁਰਸਿੱਖਾਂ ਕੀ ਹਰ ਧੂੜਦੇ, ਹਮ ਪਾਪੀ ਵੀ ਗਤ ਪਾਵੇ, ਹੈ ਨਾ। ਅਸੀਂ ਤਾਂ ਬਸ ਮਹਾਰਾਜ ਦੀ ਡਿਊਟੀ ਜਿਹੜੀ ਲਾਈ ਹੈ ਮਹਾਰਾਜ ਨੇ, ਜਿਹਨੂੰ ਮਹਾਰਾਜ ਕਿਸੇ ਨੂੰ ਵੀ ਜਣਾ ਸਕਦੇ ਨੇ, ਕਿਸੇ ਨੂੰ ਵੀ ਆਪਣਾ ਭੇਜ ਦੇ ਸਕਦੇ ਨੇ। ਅਤੇ ਆਪਾਂ ਗੁਰਸਿੱਖਾਂ ਵਾਲਾ ਆਪਣਾ ਪਿਆਰ ਹੈ ਸਾਰਿਆਂ ਦੇ ਨਾਲ, ਗੁਰੂ ਗ੍ਰੰਥ ਸਾਹਿਬ ਹੀ ਆ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਸਤਿਗੁਰ ਨੇ ਜੀ, ਪੰਜ ਪਿਆਰੇ ਗੁਰੂ ਦਾ ਰੂਪ ਨੇ ਜੀ ਜੀ। ਅਤੇ ਆਪਾਂ ਤਾਂ ਬਸ ਉਹਨਾਂ ਦੀ ਚੜ੍ਹਨਾ ਹੀ ਧੂੜ ਲੈ ਕੇ ਚੱਲਣਾ ਆ, ਹੋਕਾ ਦੇਣ ਮਹਾਰਾਜ ਦੀ ਡਿਊਟੀ। ਮਹਾਰਾਜ ਕਹਿੰਦੇ ਜਦੋਂ ਚੌਂਕੀਦਾਰ ਦੀ ਡਿਊਟੀ ਲਾਈ ਹੁੰਦੀ ਨਾ ਕਿ ਭਾਈ ਜਾਗਦੇ ਰਹੋ, ਇਸ ਤਰ੍ਹਾਂ ਮਹਾਰਾਜ ਨੇ ਜਗਾਉਣ ਦੀ ਸਾਡੀ ਡਿਊਟੀ ਲਾਈ ਹੈ, ਆਪ ਜਪੋ ਅਵਰੇ ਨਾਮ ਜਪਾਵੋ। ਕਿਉਂਕਿ ਅਸੀਂ ਸਾਰੇ ਭਾਈ ਭਾਈ ਹੈ, ਇੱਕ ਪਿਤਾ ਇੱਕ ਸਕੇਹਾ ਮੁਬਾਰਕ, ਤੂੰ ਮੇਰਾ ਗੁਰਹਾਈ, ਅਕਾਲ ਪੁਰਖ ਵਾਹਿਗੁਰੂ ਦੇ ਅਸੀਂ ਬੱਚੇ ਹਾਂ, ਅਤੇ ਉਹ ਸਾਡਾ ਮਾਤਾ ਪਿਤਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਸਾਡੇ ਸਤਿਗੁਰ ਨੇ, ਪੰਜ ਪਿਆਰੇ ਜਿਹੜੇ ਗੁਰੂ ਰੂਪ ਹੋ ਗਏ ਸਾਡਾ। ਅੱਛਾ ਮੰਨ ਲਓ ਜੇ ਕਿਸੇ ਦੇ ਅੰਦਰ ਮੰਨ ਲਓ ਸ਼ਬਦ ਪ੍ਰਗਟ ਹੋ ਗਏ, ਇੱਕ ਸਮਾਂ ਕਿਸੇ ਨੇ ਮਿਹਨਤ ਕਰ ਲਈ, ਫਿਰ ਉਸ ਤੋਂ ਬਾਅਦ ਫਿਰ ਸੰਸਾਰ 'ਚ ਉਲਝ ਗਿਆ, ਇੱਦਾਂ ਵੀ ਹੋ ਜਾਂਦਾ? ਜਦੋਂ ਸੰਗਤ ਛੱਡ ਜਾਂਦੇ ਹਾਂ, ਮਨ ਫਿਰ ਵਿਚਾਰਾਂ ਵਿੱਚ ਪੈ ਜਾਂਦਾ, ਗਲਤ ਸੰਗਤ ਦੀ। ਕਬੀਰ, ਮਨ ਪੰਖੀ ਪਿਓ, ਉੱਡ ਉੱਡ ਦਹਿ ਦਿਸ ਜਾਏ, ਜੋ ਜੈਸੀ ਸੰਗਤ ਕਰੇ ਤੈਸੋ ਹੀ ਫਲ ਖਾਏ। ਖੇਡ ਹੈਗਾ ਹੈ ਕਿ ਆਪਾਂ ਅੰਤਲੇ ਸਵਾਸ 'ਤੇ ਖੇਡ ਚੱਲਦਾ ਇਹ। ਬਾਬਾ ਕਬੀਰ ਜੀ ਕਹਿੰਦੇ ਅਜੋ ਤਾਂ ਨਾ ਉਹ ਸਮੁੰਦਰ ਮੈਂ ਕਿਆ ਜਾਣਾ ਕਿਆ ਹੋਵੇ, ਹਾਲੇ ਤਾਂ ਬੇੜਾ ਸਮੁੰਦਰ ਵਿੱਚ ਹੈ, ਪਾਰ ਥਰੂ ਹੋਇਆ ਜੀ। ਸੰਗਤ ਦਾ ਪੱਲਾ ਅਸੀਂ ਘੁੱਟ ਕੇ ਫੜ ਕੇ ਰੱਖਣਾ, ਗੁਰੂ ਸਾਹਿਬ ਦਾ ਪੱਲਾ ਅਸੀਂ ਘੁੱਟ ਕੇ ਫੜ ਕੇ ਰੱਖਣਾ, ਕਿ ਸਤਿਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦਾ ਅਸੀਂ ਜੇ ਪੱਲਾ ਫੜੀ ਰੱਖਾਂਗੇ ਸੰਗਤ ਦਾ, ਤਾਂ ਆਪਾਂ ਪਾਰ ਹੋਣਾ ਹੀ ਹੋਣਾ ਆ। ਸੰਗਤ ਬਹੁਤ ਜ਼ਰੂਰੀ, ਤੁਹਾਡੀ ਸੰਗਤ 'ਤੇ ਆ ਉੱਦਾਂ ਦਾ ਤੁਹਾਡਾ ਮਾਇੰਡ ਹੋ ਜਾਣਾ। ਜੇ ਇੱਕ ਸਾਲ ਤੁਸੀਂ ਸੰਗਤ ਕਰ ਲਈ ਗੁਰਮੁਖਾਂ ਦੀ, ਅਤੇ ਇੱਕ ਹਫ਼ਤਾ ਵੀ ਮਨਮੁੱਖ ਦੀ ਸੰਗਤ ਕਰ ਲੈਂਦੇ ਆ, ਅਤੇ ਸਾਲ ਦਾ ਕੀਤਾ ਕਰਾਇਆ ਗਿਆ 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 ਕੋਨੇ, ਤੁਹਾਨੂੰ ਉਧਾਰਨਾ ਇਦਾਂ ਦੀ ਦੇਣੀ ਗੱਲਾਂ ਇਦਾਂ ਦੀ। ਅੱਛਾ, ਜਿਵੇਂ ਤੁਸੀਂ ਤੁਹਾਡੇ 'ਚ ਚੇਂਜ ਆਇਆ ਹੋਊਗਾ ਵੀ ਤੁਸੀਂ ਪ੍ਰੈਕਟੀਕਲ ਕਰਿਆ, ਤੇ ਲੋਕਾਂ 'ਚ ਜਿਵੇਂ ਵਿਚਰਦੇ ਹੋ ਤੁਸੀਂ, ਜਿਹੜੇ ਹਿਸਾਬ ਨਾਲ ਗੱਲਾਂ ਬਾਤਾਂ ਕਰਦੇ ਹੋਣਗੇ, ਉਹ ਤਾਂ ਤੁਹਾਡੇ ਨਾਲ ਅਜੀਬ ਜਿਹਾ ਪੇਸ਼ ਨਹੀਂ ਆਉਂਦੇ ਵੀ ਪਤਾ ਨਹੀਂ ਇਹਨੂੰ ਕੀ ਹੋ ਗਿਆ ਜਾਂ ਸਮਥਿੰਗ ਕਾਈਂਡ ਆਫ ਨਹੀਂ ਹੈਗਾ, ਇਸ ਗੱਲ ਦਾ ਵੀ ਹੈਗਾ। ਉਹ ਕੀ ਮਹਿਸੂਸ ਕਰਦੇ ਆ, ਉਹ ਇਹ ਮਹਿਸੂਸ ਕਰਦੇ ਆ ਕਿ ਇਹਨੇ ਜਿਹੜੀ ਗੱਲ ਕਰਨੀ ਹੈਗੀ ਸੱਚੀ ਗੱਲ ਕਰਨੀ ਹੈਗੀ, ਸੱਚੀ ਗੱਲ ਜਿਹੜੀ ਇਹ ਲੋਕਾਂ ਨੂੰ ਇੰਨੀ ਪਸੰਦ ਨਹੀਂ ਨਾ ਹੈਗੀ, ਜਿਹੜੇ ਸਾਡੀ ਲੈਂਦੇ ਹੁੰਦੇ ਆ ਉਹਨਾਂ ਨੂੰ ਪਸੰਦ ਹੈ, ਬਾਕੀ ਜਿਹੜੀ ਹੈਗੀ ਸੁਸਾਇਟੀ ਤੋਂ, ਆਪਣੀ ਸੁਸਾਇਟੀ ਤੋਂ ਡਿਸਕਨੈਕਟ ਹੋਣਾ ਪੈਂਦਾ ਇਸ ਚਾਹੀਏ। ਅੱਛਾ, ਪਰਿਵਾਰ ਦੇ ਵਿੱਚ ਕਿਸੇ ਹੋਰ ਦਾ ਹੀ ਪ੍ਰੈਕਟੀਕਲ ਹੋਇਆ ਜੀ? ਪਰਿਵਾਰ ਦੇ ਵਿੱਚ ਮੇਰੇ ਮਿਸਿਸ ਵੈਸੇ ਕਰਦੇ ਹੈਗੇ ਆ, ਥੋੜ੍ਹੇ ਥੋੜ੍ਹੇ ਉਹਨਾਂ ਨੂੰ ਸ਼ਬਦ ਸੁਣਨ ਲੱਗ ਗਏ, ਪਰ ਇਹ ਪਿੰਡ ਦੇ ਵਿੱਚ ਪਹਿਲਾ ਬੰਦਾ ਸੀਗਾ। ਮਹਾਰਾਜ ਮੇਰੇ 'ਤੇ ਕਿਰਪਾ ਕੀਤੀ ਹੈਗੀ, ਵੀਡੀਓ ਦੇਖ ਕੇ ਮੈਂ ਸ਼ੁਰੂ ਹੋਇਆ ਸੀ, ਭਾਈ ਸਾਹਿਬ ਹੁਣ ਵੀਡੀਓ ਦੇਖੀ ਸੀਗੀ? ਹਾਂਜੀ ਜੀ। ਉਸ ਤੋਂ ਬਾਅਦ ਜਿਹੜਾ ਹੈਗਾ, ਮਤਲਬ ਇੱਕ ਪ੍ਰੋਗਰਾਮ ਕਰਾਇਆ ਸੀਗਾ, ਸਾਰੇ ਸੰਗਤ ਨੂੰ ਬੁਲਾ ਲਿਆ ਮੈਂ, ਮਤਲਬ ਇਕੱਲੇ ਇਕੱਲੇ ਦੇ ਕੋਲ ਜਾ ਕੇ ਮੈਨੂੰ ਮਤਲਬ ਇਸ ਤਰ੍ਹਾਂ ਦਾ ਨਾ ਸੀ, ਮਤਲਬ ਮੇਰੇ ਦਿਮਾਗ 'ਤੇ ਭੂਤ ਸਵਾਰ ਹੋਇਆ ਹੋਇਆ ਸੀਗਾ ਬਈ, ਮਤਲਬ ਪਤਾ ਨਹੀਂ ਰੱਬ ਮੈਨੂੰ ਅੱਜੇ ਮਿਲ ਜਾਣਾ, ਮੈਨੂੰ ਤਾਂ ਇੱਦਾਂ ਲੱਗਦਾ ਸੀਗਾ, ਨਵੀਂ ਨਵੀਂ ਮੇਰੇ ਵਾਸਤੇ ਖੇਡ ਸੀਗੀ ਇਹ। ਅਤੇ ਇਕੱਠ ਕਰ ਲਿਆ ਜੀ, ਮਤਲਬ ਉੱਥੇ ਅਨਾਊਂਸਮੈਂਟ ਕਰਤੀ ਜੀ, ਬੰਦੇ ਨਾਲ ਲਾ ਲਏ ਜੀ, ਘਰ ਘਰ ਗਿਆ ਜੀ। ਹੁਣ ਅੱਜ ਮਤਲਬ ਉਹਦਾ ਰਿਜ਼ਲਟ ਇਹ ਹੈਗਾ ਕਿ ਅੱਜ ਘੱਟੋ ਘੱਟ ਵੀ ਜ਼ਿਆਦਾ ਨਹੀਂ ਤਾਂ 5 ਬੀਬੀਆਂ ਨੂੰ ਸ਼ਬਦ ਸੁਣਦੇ ਹਾਂ।
ਆਪਣੇ ਪਿੰਡ ਆਪਣੇ ਪਿੰਡ ਇਹਦੇ ਵਿੱਚ ਇਕੱਲਾ ਬੰਦਾ ਮੈਂ ਰਹਿ ਗਿਆ ਮੈਂ ਇਕੱਲਾ ਹੀ ਰਹਿ ਗਿਆ ਬੀਬੀਆਂ ਬਾਜੀ ਮਰ ਗਈਆਂ ਪੰਜ ਪਰ ਇੱਕ ਘੰਟਾ ਲਾਉਂਦੇ ਹਾਂ ਅਸੀਂ ਡੇਲੀ ਘਰ ਘਰ ਆਪਣੇ ਦਾ ਆਪਣਾ ਅਲੱਗ ਅਲੱਗ ਟਾਈਮ ਹੈ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਸਿਮਰਨ ਕਰਦੇ ਹਾਂ ਇੱਕ ਤੋਂ ਸੋਰੀ ਹਾਂ ਇੱਕ ਤੋਂ ਦੋ ਵਜੇ ਤੱਕ ਇੱਕ ਘੰਟਾ ਜੀ ਜੀ ਅਤੇ ਉਹਦੇ ਵਿੱਚ ਮੈਂ ਇਕੱਲਾ ਹੀ ਹੁੰਦਾ ਜੀ ਜੀ ਵਧੀਆ ਵਧੀਆ ਅੱਛਾ ਭਾਈ ਸਾਹਿਬ ਮੈਨੂੰ ਇਹ ਦੱਸੋ ਵੀ ਜਿਹੜੇ ਆਪਣੀ ਵੀਡੀਓ ਦੇਖ ਰਹੇ ਨੇ ਜੇ ਉਹਨਾਂ ਨੇ ਕਿਸੇ ਨੇ ਪ੍ਰੈਕਟੀਕਲ ਕਰਨਾ ਹੋਵੇ ਨਾਮ ਸ਼ਬਦ ਦਾ ਤਾਂ ਉਹ ਕਿਵੇਂ ਤੁਹਾਨੂੰ ਮਿਲ ਸਕਦੇ ਨੇ ਜਾਂ ਕਿੱਥੇ ਕਰ ਸਕਦੇ ਨੇ ਹਾਂਜੀ ਮਹਾਰਾਜ ਨੇ ਕਿਰਪਾ ਕੀਤੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਅਕਾਲ ਪੁਰਖ ਨੇ ਸੰਗਤ ਰੂਪ ਦੇ ਵਿੱਚ ਆਪਣੇ ਨਗਰੇ ਕੋਟ ਤੋਂ ਹੀ ਆਪਣਾ ਨਗਰ ਹੈ ਹਰ ਸ਼ਨੀਵਾਰ 11 ਤੋਂ ਲੈ ਕੇ 3 ਵਜੇ ਤਾਈਂ ਨਾਮ ਸਿਮਰਨ ਅਭਿਆਸ ਉੱਥੇ ਹੁੰਦਾ ਆ ਜੀ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਨਾਮ ਸਿਮਰਨ ਅਭਿਆਸ ਸਥਾਨ ਆ ਉੱਥੇ ਹਰ ਸ਼ਨੀਵਾਰ ਦੀ ਸ਼ਨੀਵਾਰ ਸੰਗਤ ਹੁੰਦੀ ਹੈ ਅਤੇ ਆਓ ਜੀ ਆਇਆਂ ਨੂੰ ਅਸੀਂ ਕਹਿੰਦੇ ਹਾਂ ਜਿਨ੍ਹਾਂ ਨੇ ਪ੍ਰੈਕਟੀਕਲ ਕਰਨਾ ਆ ਅਭਿਆਸ ਕਰਨਾ ਜਿਨ੍ਹਾਂ ਦੇ ਅੰਦਰ ਮਾਲਕ ਦੇ ਮਿਲਾਪ ਦੀ ਤੜਫ ਹੈ ਜਿਹੜੇ ਮਿਲਣਾ ਚਾਹੁੰਦੇ ਆਪਣੇ ਮਾਤਾ ਪਿਤਾ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਾਛਾਇਆ ਹੇਠ ਉਹਨਾਂ ਦੀ ਰਹਿਨੁਮਾਈ ਹੇਠ ਨਾਮ ਸਿਮਰਨ ਅਭਿਆਸ ਚੱਲਦਾ ਆ ਇਹ ਸਨ ਭਾਈ ਹਰਦੇਵ ਸਿੰਘ ਖਾਲਸਾ ਜੀ ਜਿਹੜੇ ਨਾਮ ਸ਼ਬਦ ਨਾਲ ਆਮ ਲੋਕਾਂ ਨੂੰ ਸਿੱਧੇ ਰਾਹ ਪਾ ਰਹੇ ਨੇ ਜਾਂ ਗੁਰੂ ਤੋਂ ਸਿੱਖਿਆ ਲੈ ਕੇ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈ ਕੇ ਦੂਜਿਆਂ ਨੂੰ ਹੋਰ ਸੰਗਤ ਨੂੰ ਵੀ ਸੇਧ ਦੇ ਰਹੇ ਨੇ ਭਾਈ ਸਾਹਿਬ ਤੁਸੀਂ ਸਾਡੇ ਨਾਲ ਜੁੜੇ ਸਾਡੇ ਨਾਲ ਜੁੜਨ 'ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਤੁਹਾਡਾ ਵੀ ਵਾਹਿਗੁਰੂ ਜਿਹੜਾ ਤੁਸੀਂ ਆਪਾਂ ਨੂੰ ਸੰਗਤ ਰੂਪ ਦੇ ਵਿੱਚ ਇਹ ਬਚਨ ਗੁਰਬਾਣੀ ਗੁਰੂ ਦੇ ਬਚਨ ਜਿਹੜੇ ਆ ਦੂਰ ਦੂਰ ਅਤੇ ਟੈਲੀਕਾਸਟ ਕਰ ਰਹੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਤੁਹਾਡੀ ਟੀਮ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ